शिवसेना राज्य प्रमुख योगराज शर्मा ने आईआरबी बटालियन के कमांडर पर उनके साथ अभद्र व्यवहार करने के आरोप लगाए। योगराज शर्मा ने बताया कि कमांडर द्वारा ना सिर्फ उन्हें उल्टा सीधा बोला गया बल्कि हिंदू संगठनों को पंजाब सरकार पर बोझ करार दिया गया। योगराज शर्मा ने बताया कि ऐसे लोगों के खिलाफ बनती कार्रवाई होनी चाहिए। दोस्तों, मैं शिवसेना तो राज्य प्रमुख योगराज शर्मा अज फिर एक जरूरी अहम मुद्दे ला के थोड़े बिच हाँ, क्योंकि जिहड़े पंजाब दे हिंदू संगठन ने वह सरकार दे उपर बहुत बड़ा बोझ ने। जिहड़े पंजाब दे हिंदू संगठन सरकार दे उपर बहुत बड़ा बोझ हैगे ने। मेरे हिंदू वीरां ने कहना भी योगराज की बोली जा रहा, लेकिन यह गल मैं नहीं कह रहा, होर आई वी बटालियन जिहड़ी हैगी जुगियाल दे विच टी ए पी दी ਉਹਦਾ ਕਮਾਂਡਰ ਸਰਦਾਰ ਬਹਾਦਰ ਸਿੰਘ ਉਹ ਗੱਲ ਇਹ ਕਹਿ ਰਿਹਾ, ਕਿਉਂਕਿ ਅੱਜ ਸਵੇਰੇ ਮੇਰੇ ਨਾਲ ਜਿਹੜੀ ਸਕਿਉਰਟੀ ਲੱਗੀ ਹੈ ਉਹ ਮੁੰਡਿਆਂ ਨੂੰ ਜਗਿਆਲ ਦੇ ਉੱਪਰੋਂ ਜਗਿਆਲ ਤੋਂ ਫੋਨ ਆ ਰਿਹਾ ਸੀ ਵੀ ਆਪਣੇ ਜਿਹੜੇ ਅਸਲੇ ਆ ਉਹ ਚੇਂਜ ਕਰਕੇ ਜਾਓ, ਕਿਉਂਕਿ ਮੇਰੇ ਨਾਲ ਜਿਹੜੇ ਪੀ ਏ ਪੀ ਦੇ ਮੁਲਾਜ਼ਮ ਲੱਗੇ ਨੇ ਉਹਨਾਂ ਨੂੰ ਪਿੱਛੇ ਵੀ ਅਸਲਾ ਜਿਹੜਾ ਹੈਗਾ ਉੱਚ ਅਧਿਕਾਰੀ ਜਿਹੜੇ ਪੰਜਾਬ ਪੁਲਿਸ ਦੇ ਉਹਨਾਂ ਨੇ ਚੇਂਜ ਕਰਵਾਇਆ ਸੀ। ਪਹਿਲੇ ਕੁਛ ਬੰਦਿਆਂ ਕੋਲ ਕਾਰਬਣਾਂ ਸੀਗੀਆਂ ਤਾਂ ਉਹਨਾਂ ਨੇ 47 ਜਿਹੜੀ ਹੈਗੀਆਂ ਉਹਨਾਂ ਨੂੰ ਦਿੱਤੀਆਂ। ਅੱਜ ਉਹ ਅਸਲੇ ਨੂੰ ਵਾਪਸੀ ਵਾਸਤੇ ਸਵੇਰੇ ਫੋਨ ਆਏ ਨੇ ਵੀ ਅਸਲਾ ਚੇਂਜ ਕਰਕੇ ਕਾਰਬਣਾਂ ਲਵੋ। ਜਦੋਂ ਮੁਲਾਜ਼ਮਾਂ ਨੇ ਮੇਰੇ ਨਾਲ ਇਹ ਵਾਰਤਾ ਜਿਹੜੀ ਸਾਂਝੀ ਕੀਤੀ ਹੈ ਤਾਂ ਮੈਂ ਸਰਦਾਰ ਬਹਾਦਰ ਸਿੰਘ ਜਿਹੜੇ ਹੈਗੇ ਆ ਕਮਾਂਡਰ 4 IV ਬਟਾਲੀਅਨ ਦੇ ਉਹਨਾਂ ਨੂੰ ਮੈਂ ਫੋਨ ਕੀਤਾ, ਉਹਨਾਂ ਨੂੰ ਮੈਂ ਦੱਸਿਆ ਵੀ ਪਿੱਛੇ ਮੇਰਾ ਅਸਲਾ ਚੇਂਜ ਹੋਇਆ ਸੀ, ਜ਼ਰੂਰੀ ਸੀਗਾ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗੈਂਗਵਾਰ ਚੱਲ ਰਹੀ ਹੈ ਜਾਂ ਗੈਂਗਸਟਰ ਰਾਜ ਦੇਣ ਕਿਸੇ ਨਾ ਕਿਸੇ ਨੂੰ ਗੋਲੀਆਂ ਮਾਰ ਰਹੇ, ਜਿਸ ਤਰ੍ਹਾਂ ਪਰਸੋਂ ਇੱਕ ਮੁਲਾਜ਼ਮ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਉਹਨੂੰ ਗੋਲੀ ਮਾਰਤੀ ਹੈ, ਤਾਂ ਕਿਤੇ ਨਾ ਕਿਤੇ ਪੁਲਿਸ ਨੂੰ ਇਹ ਸ਼ੰਕਾ ਸੀਗੀ ਵੀ ਜਿਹੜੇ ਹਿੰਦੂ ਮਜੋਰਟੀ ਨਾਲ ਲੋਕ ਅਟੈਚ ਆ ਇਹਨਾਂ 'ਤੇ ਹਮਲੇ ਹੋ ਸਕਦੇ ਆ, ਅਤੇ ਉਹਨਾਂ ਨੇ ਮੇਰਾ ਪਿੱਛੇ ਅਸਲਾ ਚੇਂਜ ਕਰਵਾਇਆ ਸੀ। ਪੰਜਾਬ ਪੁਲਿਸ ਦੇ ਪੰਜਾਬ ਦੇ DGP ਸਾਹਿਬ, DGP ਲਾਅ ਐਂਡ ਆਰਡਰ, ਸਾਡੇ ਜ਼ਿਲ੍ਹੇ ਦੇ SSP ਸਾਹਿਬ ਬਹੁਤ ਵਧੀਆ ਇਨਸਾਨ ਨੇ, ਲੇਕਿਨ ਕਮਾਂਡਰ ਸਾਹਿਬ ਨੂੰ ਜਦੋਂ ਮੈਂ ਸਵੇਰੇ ਫੋਨ ਕਰਕੇ ਇਹ ਸਾਰੀਆਂ ਗੱਲਾਂ ਦੱਸੀਆਂ ਅਤੇ ਉਹਨਾਂ ਨੇ ਮੇਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ। ਉਹਨਾਂ ਨੇ ਇੱਕ ਸਪੱਸ਼ਟ ਤੌਰ 'ਤੇ ਗੱਲ ਕੀਤੀ ਹੈ ਵੀ ਇਹ ਜਿਹੜੇ ਅਸਲੇ ਹੈਗੇ ਆ ਪੰਜਾਬ ਦੀ ਮੌਜੂਦਾ ਗੌਰਮੈਂਟ ਦੇ ਵਿੱਚ ਜਿਹੜੇ ਮੰਤਰੀ ਆ ਇਹ ਅਸਲੇ ਉਹਨਾਂ ਨੂੰ ਦੇਣੇ, ਆਪਾਂ ਤੁਹਾਡੇ ਵੱਧ ਕੋਈ ਜ਼ਰੂਰੀ ਨਹੀਂ ਹੈਗੇ, ਤੁਸੀਂ ਸਰਕਾਰਾਂ ਦੇ ਬੋਝ ਹੋ। ਤਾਂ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਜੇ ਅਸਲੇ ਵਾਪਸ ਕਰਨੇ ਆ ਤਾਂ ਤੁਸੀਂ ਸਕਿਉਰਟੀ ਵਾਪਸ ਕਰ ਲਓ, ਤਾਂ ਉਹਨੇ ਬੜੇ ਅਲੱਗ ਅੰਦਾਜ਼ ਨਾਲ ਕਿਹਾ ਵੀ ਵਾਪਸ ਕਰ ਦਿਓ। ਇਸ ਕਰਕੇ ਉਹਦੀ ਆਵੇ ਦੇ ਵਿੱਚ ਮੈਂ ਜਿਹੜੀ ਸਕਿਉਰਟੀ ਚੰਡੀਗੜ੍ਹ ਸਕਿਉਰਟੀ ਬ੍ਰਾਂਚ ਵੱਲੋਂ ਮੈਨੂੰ ਜਿਹੜੀ ਗੱਡੀ ਪ੍ਰੋਵਾਈਡ ਕਰਵਾਈ ਦੀ ਹੈ ਪਾਇਲਟ ਉਹ, ਔਰ 5 ਜਿਹੜੇ 4 RBI ਦੇ ਜਿਹੜੇ ਬੰਦੇ ਹੈਗੇ ਆ PAP ਦੇ ਉਹ ਮੈਂ ਉੱਥੇ ਵਾਪਸ ਕਰ ਗਿਆ। ਮੇਰਾ ਉੱਚ ਅਧਿਕਾਰੀਆਂ ਨੂੰ ਇਹੀ ਕਹਿਣਾ ਵੀ ਇਹ ਜਿਹੜੇ ਕੁਛ ਲੋਕ ਅਫੀਸਰ ਜਿਹੜੇ ਹੈਗੇ ਆ ਜਿਹੜੇ ਸਾਨੂੰ ਬੋਝ ਦੱਸਦੇ ਆ ਔਰ ਜਿਹੜੇ ਐਡੀ ਵੱਡੀ ਪੋਸਟ ਦੇ ਉੱਪਰ ਬੈਠਦੇ ਆ ਜਿਹਦੀ ਘੱਟ ਤੋਂ ਘੱਟ 2-2.5 ਲੱਖ ਦੇ ਕਰੀਬ ਤਨਖਾਹ ਆ, ਉਹ ਵਿਅਕਤੀ ਜਿਹੜੇ ਹੈਗੇ ਆ ਆਪਣੀ ਬਟਾਲੀਅਨ 'ਚ 15-15 ਦਿਨ ਆਉਂਦੇ ਨਹੀਂ। ਜਦੋਂ ਮੈਂ ਅੱਜ ਸਕਿਉਰਟੀ ਉੱਤੇ ਵਾਪਸ ਕਰਨ ਗਿਆ ਤਾਂ ਨਾ ਉੱਥੇ ਕਮਾਂਡਰ ਸਾਹਿਬ ਹੈ, ਨਾ ਕੋਈ DSP ਸਾਹਿਬ ਲੱਭਾ, ਠੀਕ ਹੈ ਜੀ, ਉਹ ਅਸਲੀ ਸਾਹਿਬ ਬੈਠੇ ਨੇ ਜਾਂ ਬਾਕੀ ਜਿਹੜੇ ਦੂਜੇ ਮੁਲਾਜ਼ਮ ਉਹ ਬੈਠੇ ਨੇ। ਤਾਂ ਦੇਖੋ ਕਿੰਨੀ ਨਮੋਸ਼ੀ ਦੀ ਗੱਲ ਆ। ਇਹ ਲੋਕ ਜਿਹੜੇ ਲੋਕ ਹਿੰਦੂ ਸੰਗਠਨਾਂ ਨੂੰ ਆਪਣੇ ਟਾਰਗੇਟ 'ਤੇ ਲੈ ਕੇ ਆਏ ਦਿਨ ਇਹ ਜਿਹੜੀਆਂ ਗੱਲਾਂ ਤੋਂ ਇਮੋਸ਼ਨਲ ਬਲੈਕਮੇਲ ਕਰਦੇ ਨੇ, ਮੈਂ ਤਾਂ ਕਹਿੰਦਾ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ
ਵੀ ਇਹ ਕੱਟਰਵਾਦੀ ਵਿਚਾਰਧਾਰਾ ਜਾਂ ਖਾਲਿਸਤਾਨ ਵਿਚਾਰਧਾਰਾ ਦੇ ਨਾਲ ਲੋਕਾਂ ਨੇ ਉਹਨਾਂ ਦੀ ਜਿਹੜੀ ਪੋਲਿਸੀ ਆ ਉਹਨਾਂ ਨੂੰ ਪਿਆਰ ਕਰਦੇ ਨੇ ਲੋਕ। ਇਸ ਕਰਕੇ ਮੈਂ ਫਿਰ ਤੋਂ ਪ੍ਰਾਰਥਨਾ ਕਰ ਰਿਹਾ ਪੰਜਾਬ ਦੇ ਡੀ ਜੀ ਪੀ ਸਾਹਿਬ, ਪੰਜਾਬ ਦੇ ਲਾਅ ਐਂਡ ਆਰਡਰ ਡੀ ਜੀ ਪੀ ਸਾਹਿਬ, ਵੀ ਐਸੇ ਅਫਸਰਾਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਹਨਾਂ ਨੂੰ ਆਪਾਂ ਕਮਾਂਡਰ ਲਗਾਉਂਦੇ ਹਾਂ, ਇਹ 15-15 ਦਿਨ ਆਪਣੀ ਸੀਟ 'ਤੇ ਨਹੀਂ ਬਹਿੰਦੇ ਅਤੇ ਬਹੁਤ ਜੇ ਦੱਸਦੇ ਹਿੰਦੂ ਸੰਗਠਨਾਂ ਨੂੰ। ਇਸ ਕਰਕੇ ਮੇਰੀ ਪ੍ਰਾਰਥਨਾ ਵੀ ਇਸ ਬੰਦੇ ਦੀ ਜਾਂਚ ਹੋਣੀ ਚਾਹੀਦੀ ਹੈ, ਇਹ ਕਿਸ ਐਵੇਂ ਦੇ ਨਾਲ ਸਾਡੇ ਸਾਨੂੰ ਇਹ ਦਬਕੇ ਮਾਰ ਰਿਹਾ, ਔਰ ਇਹਦੀ ਜਿਹੜੀ ਭਾਸ਼ਾ ਹੈਗੀ ਆ ਬਹੁਤ ਗਲਤ ਭਾਸ਼ਾ ਹੈਗੀ ਆ। ਸਾਨੂੰ ਤਾਂ ਇੱਦਾਂ ਮਹਿਸੂਸ ਹੋ ਰਿਹਾ ਵੀ ਜਿੱਦਾਂ ਇਹਨਾਂ ਲੋਕਾਂ ਨੇ ਸਾਡੀ ਸਪਾਰੀ ਲਈ ਹੁੰਦੀ ਆ। ਇਹ ਗੱਲਾਂ ਮੈਂ ਕਿਸੇ ਇਮੋਸ਼ਨ ਦੇ ਵਿੱਚ ਨਹੀਂ ਕਹਿ ਰਿਹਾ, ਕਿਉਂਕਿ ਸਵੇਰੇ ਸਵੇਰੇ ਇਹ ਲੋਕ ਜਿਹੜੇ ਹੈਗੇ ਆ, ਬਾਕੀ ਪੰਜਾਬ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਸਕਿਉਰਟੀਆਂ ਮਿਲੀਆਂ, ਲੇਕਿਨ ਇਹਨਾਂ ਨੇ ਜਦੋਂ ਵੀ ਚੁਣਾਵ ਆਉਣੇ ਆ ਜਦੋਂ ਕੋਈ ਇਹੋ ਜਿਹੀ ਗੱਲਾਂ ਨਹੀਂ ਤਾਂ ਹਿੰਦੂ ਮੈਜੋਰਟੀ ਨਾਲ ਜਿਹੜੇ ਅਟੈਚ ਬੰਦੇ ਆ ਉਹਨਾਂ ਦੀਆਂ ਸਕਿਉਰਟੀਆਂ ਵਾਪਸ ਲੈ ਲਓ, ਉਹਨਾਂ ਦੇ ਅਸਲੇ ਵਾਪਸ ਕਰ ਦਿਓ, ਇਹ ਕਰ ਦਿਓ ਬਹੁਤ ਕਰ ਦਿਓ। ਇਸ ਕਰਕੇ ਮੇਰੀ ਫਿਰ ਤੋਂ ਪ੍ਰਾਰਥਨਾ ਪੰਜਾਬ ਦੇ ਡੀ ਜੀ ਪੀ ਸਾਹਿਬ, ਦੋਨੋਂ ਡੀ ਜੀ ਪੀ ਸਾਹਿਬ ਨੂੰ ਵੀ ਇਹ ਜਿਹੜੇ ਅਫਸਰ ਆ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ, ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।